ਨਰਮਾਪੱਟੀ ਵਜੋਂ ਜਾਣੇ ਜਾਂਦੇ ਮਾਨਸਾ ਜ਼ਿਲ੍ਹੇ ਦੇ ਵਿੱਚ ਇਸ ਵਾਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਦੀਆਂ ਅਪੀਲਾਂ ਦਾ ਜੋ ਅਸਰ ਦਿਖਾਈ ਦੇ ਰਿਹਾ ਹੈ ਕਿਉਂਕਿ ਇਸ ਵਾਰ ਪਿਛਲੇ ਸਾਲ ਨਾਲੋਂ ਲਗਭਗ 25000 ਹੈਕਟੇਅਰ ਕਰੀਬ ਰਕਵੇ ਦੇ ਵਿੱਚ ਜੋ ਨਰਮੇ ਦੀ ਬਿਜਾਈ ਹੈ ਉਹ ਜ਼ਿਆਦਾ ਕੀਤੀ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜੋ ਕਿਸਾਨਾਂ ਵੱਲੋਂ ਨਰਮੇ ਦੀ ਬਿਜਾਈ ਕੀਤੀ ਗਈ ਹੈ ਉਸ ਦੀ ਉਹ ਹੁਣ ਗੁੜਾਈ ਕਰ ਰਹੇ ਨੇ ਵਿਭਾਗ ਦਾ ਕਹਿਣਾ ਹੈ ਕਿ ਸਰਕਾਰੀ ਖਰੀਦ ਅਤੇ ਵਧੀਆ ਭਾਅ ਮਿਲਣ ਦੇ ਕਾਰਨ ਕਿਸਾਨਾਂ ਵੱਲੋਂ ਇਸ ਵਾਰ ਨਰਮੇ ਦੀ ਬਜਾਈ ਦਾ ਜਿਹੜਾ ਰੁਕੋ ਕੀਤਾ ਗਿਆ ਹੈ ਖੇਤੀਬਾੜੀ ਵਿਭਾਗ ਵੱਲੋਂ ਸਵੇਂ-ਸਵੇਂ ਸਿਰ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਸੀ ਕਿ ਉਹ ਝੋਨੇ ਦੀ ਬਜਾਈ ਛੱਡ ਕੇ ਨਰਮੇ ਵੱਲ ਲਾਉਣ ਮੁੱਖ ਖੇਤੀਬਾੜੀ ਅਫਸਰ ਡਾਕਟਰ ਰਾਮ ਸਰੂਪ ਦਾ ਕਹਿਣਾ ਹੈ ਕਿ ਇਸ ਵਾਰ ਲਗਭਗ 22000 ਹੈਕਟੇਅਰ ਦੇ ਕਰੀਬ ਜੋ ਨਰਮਾ ਹੈ ਉਹ ਜ਼ਿਆਦਾ ਬੀਜਿਆ ਗਿਆ ਹੈ ਪਿਛਲੇ ਸਾਲ ਲਗਭਗ 72000 ਹੈਕਟੇਅਰ ਦੇ ਕਰੀਬ ਸੀਗਾ ਇਸ ਸਾਲ ਸਾਨੂੰ ਉਮੀਦ ਹੈ ਕਿ 94-95000 ਦੇ ਕਰੀਬ ਹੈਕਟੇਅਰ ਹੋ ਜਾਏਗਾ ਇਸ ਸਾਲ ਇੱਕ ਤਾਂ ਪਿਛਲੇ ਸਾਲ ਝਾੜ ਤੇ ਰੇਟ ਦੋਨੇ ਚ ਜਾਂਚੀਆਂ ਮਿਲਿਆ ਦੂਸਰਾ ਰੇਟ ਕੀ ਲੇਬਰ ਦੀ ਸ਼ੋਰਟੇਜ ਹੈ ਲੇਬਰ ਦੀ ਸ਼ੋਰਟੇਜ ਕਰਕੇ ਝੋਨਾ ਜਿਹੜਾ ਲਾਣਾ ਬਿਨਾ ਲੇਬਰ ਔਖਾ ਹੈ ਕਿਸਾਨਾਂ ਦਾ ਵੀ ਕਹਿਣਾ ਹੈ ਕਿ ਜੋ ਵਿਭਾਗ ਦੀਆਂ ਦਲੀਲਾਂ ਨੇ ਜਾਂ ਕੈਂਪਾਂ ਦਾ ਜੋ ਅਸਰ ਹੋਇਆ ਹੈਗਾ ਕਿਉਂਕਿ ਇਸ ਵਾਰ ਜ਼ਿਆਦਾ ਖੇਤਰ ਦੇ ਵਿੱਚ ਨਰਮੇ ਦੀ ਬਿਜਾਈ ਕੀਤੀ ਗਈ ਹੈ ਨਾਲ ਹੀ ਕਿਸਾਨਾਂ ਦੀ ਇਹ ਵੀ ਮੰਗ ਹੈ ਕਿ ਜੇਕਰ ਸੀਸੀਆਈ ਦੀ ਜੋ ਖਰੀਦ ਹੈ ਮੰਡੀਆਂ ਦੇ ਵਿੱਚ ਨਰਮਾ ਆਉਂਦੇ ਸਾਰੀ ਸ਼ੁਰੂਆਤੀ ਦਿਨਾਂ ਦੇ ਵਿੱਚ ਹੀ ਸ਼ੁਰੂ ਹੋ ਜਾਵੇ ਅਤੇ ਕਿਸਾਨਾਂ ਨੂੰ ਜੋ ਸਰਕਾਰੀ ਰੇਟ ਤੈਅ ਕੀਤਾ ਗਿਆ ਹੁੰਦਾ ਹੈ ਉਹ ਪੂਰਾ ਮਿਲੇ ਤਾਂ ਕਿਸਾਨ ਮੰਡੀਆਂ ਦੇ ਵਿੱਚ ਖੱਜਲ ਖਵਾਰ ਵੀ ਨਾ ਹੋਣ ਅਤੇ ਨਾਲ ਹੀ ਜੋ ਨਰਮੇ ਦੀ ਬਜਾਈ ਹੈ ਉਸ ਵਾਰ ਹੋਰ ਕਰਸ਼ੀਤ ਹੋਣ ਇਹ ਦੋ ਕਾਰਨ ਹੈਗੇ ਇੱਕ ਤਾਂ ਕਾਰਨ ਇਹ ਹੈ ਵੀ ਜ਼ਮੀਨਤ ਕੀ ਲੇਬਰ ਦੀ ਸਮੱਸਿਆ ਬਣੀ ਖੜੀ ਹੈ ਅ ਕਰੋਨਾ ਵਾਇਰਸ ਦੇ ਕਾਰਨ ਪ੍ਰਵਾਸੀ ਮਜ਼ਦੂਰ ਚਲੇ ਗਏ ਦੂਜਾ ਇਹ ਹੈ ਕਿ ਪਿਛਲੀ ਵਾਰ ਕੁਝ ਰੇਟ ਆ ਜਿਹੜਾ ਹੋ ਠੀਕ ਮਿਲਿਆ ਸੀਸੀਆਈ ਜਿਹੜੀ ਕੇਂਦਰੀ ਏਜੰਸੀ ਹੈਗੀ ਉਹਨੇ ਮੰਨ ਲੋ ਸਰਕਾਰੀ ਖਰੀਦ ਸ਼ੁਰੂ ਕੀਤੀ ਸੀਗੀ ਕੁਝ ਕਿਸਾਨਾਂ ਨੂੰ ਭਾਅ ਉਹ ਮਿਲੇਗਾ। ਦੂਜਾ ਕਿਸਾਨ ਕੁਝ ਸੂਝਬਾਨ ਹੁੰਦੇ ਜਾ ਰਹੇ ਨੇ ਕਿ ਵੀ ਜਿਹੜਾ ਪਾਣੀ ਆ ਡੂੰਗਾ ਹੋ ਰਿਹਾ ਹੈ। ਜਿਸ ਕਾਰਨ ਵੀ ਆਉਣ ਵਾਲੇ ਸਮਿਆਂ ਦੇ ਵਿੱਚ ਪਾਣੀ ਦੀ ਸਮੱਸਿਆ ਬਣਨੀ ਹੈ। ਉਹ ਕੁਝ ਦੂਸਰੀਆਂ ਫਸਲਾਂ ਵੱਲ ਧਿਆਨ ਦੇ ਰਹੇ ਨੇਗੇ। ਇਸ ਕਾਰਨ ਕੁਝ ਨਰਮੇ ਦੀ ਜਿਹੜੀ ਬਜਾਅ ਦਾ ਉਹ ਪੰਜਾਬ ਦੇ ਵਿੱਚ ਜਾਂ ਸਾਰੇ ਦੇਸ਼ ਦੇ ਵਿੱਚ ਕਰ ਲਏ ਤਾਂ ਵੱਧ ਹੋਈ ਹੈ। ਅ ਇਸ ਕਾਰਨ ਨਰਮੇ ਵਾਲੀ ਜਿਹੜੀ ਰਕਬਾ ਉਹ ਵਧਿਆ। ਆਉਣ ਵਾਲੇ ਸਮੇਂ ਦੇ ਵਿੱਚ ਵੀ ਸ਼ਾਇਦ ਇਹ ਰਕਬਾ ਵਧਣ ਦੀ ਸੰਭਾਵਨਾ ਜੇ ਸਰਕਾਰ ਹੋਰ ਪਾ ਦੇ ਵਿਕਸਾ ਨਾਲ ਨਰਮੇ ਦੀ ਇੰਜ ਪਰ ਚੰਗਾ ਪਾ ਦਿੱਤਾ ਸੀ ਉਸ ਤੋਂ ਬਾਅਦ ਕੇ ਹੋਰ ਪਾ ਵਧੀਆ ਮੇਲੇ ਖੇਤਾਂਾਂ ਨੂੰ ਤੇ ਵੀ ਨਰਮਾ ਪਾਣੀ ਥੱਲੇ ਜਾਈ ਜਾਂਦਾ ਇਹਦੇ ਕਾਰਨ ਨਰਮਾ ਲੋਕਾਂ ਨੇ ਬੀਜਿਆ ਛੋਟੀ ਖੇਤਾਂ ਦੀ ਇਹਦੇ ਵਾਸਤੇ ਚੱਲ ਰਹੀ ਆ ਵੀ ਝੋਨਾ ਬੀਜ ਰਹੇ ਨੇ ਦੂਜੇ ਆਪਣੇ ਲਾਉਣ ਤੋਂ ਬਿਨਾ ਤੇ ਨਰਮਾ ਵਧੀਆ ਚੀਜ਼ ਆ ਸਰਕਾਰ ਪਹਿਲਾਂ ਗੇਤੀ ਖਰੀਦ ਕਰੇ ਸਰਕਾਰੀ ਖੇਤੀਬਾੜੀ ਵਿਭਾਗ ਦੀਆਂ ਅਪੀਲਾਂ ਦਾ ਹੀ ਅਸਰ ਹੈ ਕਿ ਜੋ ਨਰਮੇ ਦੀ ਬਿਜਾਈ ਹੈ ਉਹ ਇਸ ਵਾਰ ਜ਼ਿਆਦਾ ਹੋਈ ਹੈ ਨਾਲ ਹੀ ਕਿਸਾਨਾਂ ਨੇ ਵੀ ਹੋਰ ਕਿਸਾਨਾਂ ਨੂੰ ਨਰਮੇ ਦੀ ਖੇਤੀ ਵੱਲ ਆਉਣ ਦੀ ਅਪੀਲ ਕੀਤੀ ਹੈ ਪੀਸ਼ਮ ਗੋਇਲ ਨਿਊਜ਼ ਪੰਜਾਬ ਰਹਿਣਾ ਹਿਮਾਚਲ ਮਾਨਸਾ